सल्ले अल्लाह नबी ना सल्ले अल्लाह मुहम्मदिन सल्ले अल्लाह शफी ना सल्ले अल्लाह मुहम्मदिन सल्ले अल्लाह शफी ना सल्ले अल्लाह मुहम्मदिन और पूछेगा मुझसे जब खुदा काम किया है नेक क्या साफ कहूँ गाबर सले आला शफीना सले आलाजबी बिसमिल्लाम रहीम मेरे दोस्तो मेरे इस्लामी भैन भ्राओ दो बच्चो अज तुम मैं एक ऐसा वजीफा दसन लग ਐਸੀ ਪਿਆਰੀ ਦੁਆਜ ਐਸਾ ਪਿਆਰਾ ਹੈਗਾ ਜੇ ਇਹਨੂੰ ਇਸ ਵਿੱਚ ਆਜ਼ਮੇ ਕਿਹਾ ਜਾਂਦਾ ਹੈ ਤੇ ਇਹਦੇ ਨਾਲ ਹਰ ਦੁਨੀਆ ਦਾ ਕੰਮ ਹੁੰਦਾ ਜੀ ਦੁਨੀਆ ਦਾ ਹਰ ਕੰਮ ਹੁੰਦਾ ਜੀ ਬੱਚੋ ਇਹ ਤੁਹਾਨੂੰ ਮੈਂ ਦੱਸ ਰਿਹਾ ਜਿਹੜਾ ਇੱਕ ਇੱਕ ਰਾਜ ਤੁਸੀਂ ਹੁਣ ਕੰਮ ਲੈਣੇ ਨੇ ਬੱਚੋ ਆਹ ਇਹ ਬੱਚਿਆਂ ਦਾ ਖੇਡ ਨਹੀਂ ਰਹੀ ਹੁੰਦਾ ਨੂੰ ਦੱਸਾਂ ਠੀਕ ਹੈ ਇਸ ਲਈ ਤੁਹਾਨੂੰ ਮੈਂ ਕਿਹਾ ਹੁਣ ਮੈਂ ਲਾਰੇ ਤੁਹਾਨੂੰ ਨਹੀਂ ਦੱਸਣਿਆ ਆਮਲਾ ਤਰ੍ਹਾਂ ਲਾਰੇ ਨਹੀਂ ਲੋ ਜੀ ਇਹਨੂੰ 100 ਵਾਰ ਪੜ ਲਓ ਇਹਨੂੰ 50 ਵਾਰ ਪੜ ਲਓ ਬੱਚੋ ਪੜਦੇ 100-100 ਵਾਰ ਪੜਦੇ ਆ ਦੋਸਤੋ ਦੋ ਦਫਾ ਪੜ੍ਹਦੇ ਆ ਸਾਲੋ ਸਾਲ ਤੁਹਾਨੂੰ ਹੋ ਗਏ ਨੇ ਤੇ ਕੰਮ ਹੁੰਦਾ ਨਹੀਂ ਫਿਰ ਤੁਸੀਂ ਵਟਸਐਪ ਤੇ ਆਪਣਾ ਸਵਾਲ ਕਰ ਦਿਓ ਕਮੈਂਟ ਕਮੈਂਟ ਕਰ ਦਿਓ ਬੱਬਾ ਜੀ ਲੋ ਸਾਡਾ ਕੰਮ ਨਹੀਂ ਹੈ ਇਸ ਲਈ ਬੱਚੋ ਤੁਹਾਨੂੰ ਮੈਂ ਲਾਹਰਿਆ ਨਹੀਂ ਗੱਲ ਨਹੀਂ ਤੁਹਾਨੂੰ ਅਸਲ ਗੱਲ ਦੱਸ ਰਿਹਾ ਇਸ ਤਰ੍ਹਾਂ ਕੰਮ ਹੁੰਦੇ ਜੇ ਇਸ ਤਰ੍ਹਾਂ ਤੁਸੀਂ ਕਰਨਾ ਜੇ ਹਾਂ ਜਿਹਨੇ ਅੱਲਾ ਲਾ ਕਰਨੀ ਤਾਂ ਮੈਨੂੰ ਵਟਸਐਪ ਤੇ ਫੋਨ ਕਰਿਆ ਕਰੋ ਐਵੇਂ ਨਾ ਕਰਿਆ ਕਰੋ ਯਾਰ ਤੁਹਾਨੂੰ ਮਦਦ ਨਹੀਂ ਠੀਕ ਹੈ ਜੇ ਲਾਲਾ ਸਿੱਖਣੀ ਕੋਈ ਦੇ ਕਰ ਲਿਆ ਕਰੋ ਬਾਕੀ ਆਮ ਖਾਲੀ ਟਾਈਮ ਜ਼ਾਇਆ ਕਰਨਾ ਸਨਾ ਕਰਿਆ ਕਰੋ ਇਧਰ ਦੀ ਉਧਰ ਦੀ ਟਾਕੇ ਦੀ ਬੰਗਾਲ ਦੀ ਬੰਗਾਲ ਦੀ ਟਾਕੇ ਨਾ ਮਾਰਿਆ ਕਰੋ ਮੈਨੂੰ ਤੁਹਾਨੂੰ ਦੱਸਦਾ ਠੀਕ ਹੈ ਲੋ ਬੱਚੋ ਹੁਣ ਤੁਹਾਨੂੰ ਮੈਂ ਦੱਸਣ ਲੱਗਾ ਇੱਕ ਰਾਤ ਦੇ ਵਿੱਚ ਤੁਸੀਂ ਕੰਮ ਐਤ ਕਰੀਮਾ ਐਤ ਕਰੀਮਾ ਸ਼ਰੀਫ ਤੁਹਾਨੂੰ ਪਤਾ ਦੁਨੀਆ ਦੀ ਜੈਸੀ ਮੁਸ਼ਕਲ ਬੰਦੇ ਤੇ ਬਣੀ ਹੋਵੇ ਐ ਟਾਲ ਦਿੰਦਾ ਜੇ ਐਤ ਕਰੀਮਾ ਹਰ ਕਿਸਮ ਦੀ ਮੁਸ਼ਕਲ ਟਾਲ ਦਿੰਦਾ ਜੇ ਜੋ ਬੰਦਾ ਬੰਦਾ ਚੰਦਾ ਕੋਈ ਖੁਸ਼ੀ ਦੇਖਣਾ ਚਾਹੁੰਦਾ ਕਿਸੇ ਕਿਸਮ ਦੀ ਖੁਸ਼ੀ हासिल करना चांदा अल्लाह ताला ਕੋਲੋਂ ਤੇ ਬੱਚੋ ਫੇਰ ਇਹਨੂੰ ਤੁਸੀਂ ਪੜੋਗੇ ਜਿਸ ਤਰ੍ਹਾਂ ਮੈਂ ਤਰੀਕਾ ਕਾਂਗਾ ਤੇ ਇਨਸ਼ਾਅੱਲਾ ਤੁਹਾਨੂੰ ਮਿਲੇਗਾ ਉਹ ਜੋ ਕੁਝ ਤੁਸੀਂ ਚਾਹੋਗੇ ਤੁਹਾਨੂੰ ਮਿਲੇਗੀ ਉਹ ਚੀਜ਼ ਮਿਲੇਗੀ। ਔਰ ਇੱਕੋ ਰਾਤ ਦੇ ਵਿੱਚ ਮਿਲੇਗੀ ਇਨਸ਼ਾਅੱਲਾ ਤਾਲਾ ਨਾ ਚਾਹਤ। ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿੰਨਾ ਬੱਚੋ ਤੁਸੀਂ ਪੜੋਗੇ ਤੇ ਫੇਰ ਗੱਲ ਬੰਦੀ ਜੀ। ਇਹਨੂੰ ਵੀ ਬੱਚੋ ਤੁਸੀਂ ਘੱਟ ਤੋਂ ਘੱਟ 36000 ਦਫਾ ਜਾਂ 40000 ਦਫਾ ਇਹ ਕਾਰਜ ਪੂਰਾ ਕਰਨਾ ਜੀ। रात नीं बहना है दो नफल नमाज हाजत पढ़ के बचो उस तु बाद एक तस्वीर द्रोशी की कर लैनी है उसक्रीमा पढ़ना ला ला इला सुबहान अका इन्नी कुन तुमने जवालिमीन ला ला इलाता सुबह नका इन्नी कुन तुमने जवालिमीन ला इला इलाता सुबह नका इन्नी कुन तुमने जुवालिमीन और बच्चो जे कहें ना गर्म गर्म कोई गर्म नहीं मैं लख लख सवा सवा लख दफा पढ़िया है ਕੁਛ ਨਹੀਂ ਜੁਹਦਾ ਜੇ ਮੈਂ ਪੜ ਕੇ ਤੁਹਾਡੇ ਸਾਹਮਣੇ ਬੈਠਾ ਇਨਸ਼ਾਅੱਲਾ ਤੁਸੀਂ ਪੜੋਗੇ ਤੇ ਕੁਛ ਵੀ ਤੁਹਾਨੂੰ ਹੋਏਗਾ ਬਿਲਕੁਲ ਬੇਖੌਫ ਹੋ ਕੇ ਤੁਸੀਂ ਪੜਨਾ ਹੈ ਤੇ ਐ ਤਕਰੀਮਾ حضرت ਯੂਨਸ ਅਲੈ ਸਲਾਮ ਦੀ ਦੁਆ ਹੈਗੀ ਤੇ ਐਡੀ ਪਾਵਰ ਵਾਲੀ ਦੁਆ ਹੈ ਜੇ ਅੱਲਾਹ ਤਾਲਾ ਤੁਸੀਂ ਇਹ ਪੜਦੇ ਪੜਦੇ ਕੁਛ ਵੀ ਨਾ ਕੋ ਕੋ ਅੱਲਾਹ ਤਾਲਾ ਅੱਲਾਹ ਤਾਲਾ ਤੁਹਾਡੀ ਫੇਰ ਵੀ ਦੁਆ ਸੁਨੇਗਾ ਐਸੀ ਇੱਕ ਦੁਆ ਹੈਗੀ ਹੈ ਬੰਦਾ ਨਾ ਵੀ ਕਵੇ ਤੇ ਅੱਲਾਹ ਤਾਲਾ ਐਸੀ ਦੁਆ ਦੇਵੇ ਸੁਣਨਾ ਸ਼ੁਰੂ ਕਰ ਦਿੱਤਾ ਮਦਦ ਨੂੰ ਇਸ ਲਈ ਬੱਚੋ ਇਹਨੂੰ ਤੁਸੀਂ ਘੱਟ ਤੋਂ ਘੱਟ ਇਸ਼ਾਦ ਤੋਂ ਬਾਅਦ ਬਹਿਣਾ ਹੈ ਇਸ਼ਾ ਦੀ ਨਮਾਜ਼ ਪੜ੍ਹ ਕੇ ਉਸ ਬਾਅਦ ਤੁਸੀਂ ਬਹਿ ਜਾਣਾ ਇੱਕ ਤਸਬੀਹ ਦਰੂਸੀ ਪੜ੍ਹਨੀ ਦੋ ਨਫਲ ਹਾਜਤ ਪੜ੍ਹ ਕੇ ਤੋਂ ਬੱਚੋ ਇਹਨੂੰ ਘੱਟ ਤੋਂ ਘੱਟ 36000 ਦਫ਼ਾ ਜਾਂ 40000 ਦਫ਼ਾ ਇੱਕ ਰਾਤ ਪੜੋ ਅਗਰ ਤੁਹਾਡਾ ਕੰਮ ਨਾ ਹੋਵੇ ਫਿਰ ਤੁਸੀਂ ਬਾਬੇ ਆਬਾ ਨੂੰ ਕਹਿੰਨਾ ਫੋਨ ਕਰਕੇ ਲੋ ਬਾਬਾ ਜੀ ਤੁਸੀਂ ਤੁਹਾਨੂੰ ਦੱਸਿਆ ਜੇ ਅਸੀਂ ਕੀਤਾ ਤੇ ਕੰਮ ਨਹੀਂ ਹੋਇਆ ਬੱਚੋ ਤੁਹਾਨੂੰ ਮੈਂ ਦੱਸ ਰਿਹਾ ਜੀ ਅਸਲ ਚੀਜ਼ ਹੈਗੀ ਏ ਤੁਹਾਨੂੰ ਅੱਗੇ ਵੀ ਦੱਸਿਆ ਹੈ ਵੀ ਸਾਬਾ ਕਰਾਮ ਸੀ ਉਹਨਾਂ ਨੂੰ ਸਰਕਾਰ ਫਰਮਾਨਦੇ ਹੁੰਦੇ ਸੀ ਪੜੋ ਤੇ ਉਹ ਜਾ ਕੇ ਪੜਦੇ ਸੀ 100 ਦਫਾ 70 ਦਫਾ ਤੇ ਇਨਸ਼ਾਅੱਲਾ ਉਹਨਾਂ ਦਾ ਕੰਮ ਹੁੰਦਾ ਸੀ ਕਿਉਂਕਿ ਉਹਨਾਂ ਦੇ ਮਾਨ ਬੜੇ ਮਜ਼ਬੂਤ ਸੀ ਉਹਨਾਂ ਨੂੰ ਪਤਾ ਸੀ ਸਰਕਾਰ ਨੇ ਮੂੰਹ ਕੱਢ ਦਿੱਤਾ ਹੈ ਸਾਡਾ ਕੰਮ ਹੋਣਾ ਹੀ ਹੋਣਾ ਹੈ ਤੇ ਸਰਕਾਰ ਦਾ ਉਹ ਹੀ ਕੰਮ ਦੱਸਿਆ ਸੀ ਅਸੀਂ ਪੜਨਾ ਹੈ ਲੇਕਿਨ ਸਾਡੇ ਕਾਨੇ ਨਹੀਂ ਸੁਣਨ ਵਾਲੇ ਹੈਗੇ ਜਿਸਾਂ ਸਰਕਾਰ ਨੇ ਫਰਮਾਇਆ ਸੀ ਲੇਕਿਨ ਤਾ ਉਸ ਤੁਸੀਂ ਉਹਨਾਂ ਕੋਸ਼ਿਸ਼ ਕਰਨੀ ਹੈ ਮੇਰੇ ਮੋਲਾ ਨੇ ਚਾਇਆ ਇੱਕ ਰਾਤ ਦੇ ਵਿੱਚ ਤੁਹਾਡਾ ਕੰਮ ਹੋਏਗਾ ਜਿਹੜਾ ਦੁਨੀਆਂ ਦਾ ਤੁਸੀਂ ਚਾਹਦੇ ਹੋ ਕੰਮ ਕਰਨਾ ਜੇ ਕੋਈ ਖੁਸ਼ੀ ਦੇਖਣਾ ਚਾਹਦੇ ਹੋ ਕੋਈ ਮਕਾਨ ਲੈਣਾ ਚਾਹੁੰਦਾ ਹੈ ਕਿਸੇ ਕਿਸਮ ਦੀ ਪਰੇਸ਼ਾਨੀ ਉਹਨੂੰ ਹੈ ਵੇ ਤੇ ਬੱਚੋ ਐ ਨਹੀਂ ਮਕਾਨ ਲੈਣ ਦਾ ਐ ਨਹੀਂ ਇੱਕ ਰਾਤ ਨੂੰ ਮਿਲ ਜਾਗਾ ਇਹਦੇ ਲਈ ਤੁਹਾਨੂੰ ਅੱਲਾਹ ਤਾਲ ਸਵਾਬ ਲਾ ਦੇਗਾ ਇਹਦਾ ਕੋਈ ਨਾ ਕੋਈ ਸਵਾਬ ਬਹੁਤ ਜਲਦ ਪਾਇਆ ਕਰ ਦੇਗਾ ਤੁਹਾਨੂੰ ਆਮ ਜਿਹੜਾ ਮਸਲਾ ਛੋਟਾ ਮੋਟਾ ਹੋਏਗਾ ਤੁਹਾਡਾ ਪਹਿਲੀ ਰਾਤ ਚ ਤੁਹਾਡਾ ਪੂਰਾ ਹੋਵੇ ਹੀ ਹੋਵੇ ਤੁਹਾਨੂੰ ਮੈਂ ਦੱਸਦਾ ਨੋ ਬੱਚੋ ਤੁਹਾਨੂੰ ਐਤ ਕ੍ਰੀਮਾ ਦੱਸਦਾ ਹੈ ਇੱਕ ਰਾਜ ਕਿਸ ਤਰ੍ਹਾਂ ਪੜਨਾ ਹੈ ਹੋਰ ਬੱਚੋ ਤੁਹਾਨੂੰ ਮੈਂ ਪਹਿਲੇ ਦੱਸਿਆ ਹੈ ਰੱਬ ਨਾਲ ਤੁਹਾਨੂੰ ਮੁਹੱਬਤ ਕਰਨੀ ਪਏਗੀ ਰੱਬ ਨਾਲ ਤੁਹਾਨੂੰ ਦੋਸਤੀ ਲਾਣੀ ਪਏਗੀ ਤੁਹਾਨੂੰ ਰੱਬ ਦਾ ਖੌਫ ਦਿਲ ਚ ਹੋਏਗਾ ਨਬੀ ਪਾਗਨਾ ਮੁਹੱਬਤ ਹੋਏਗੀ ਤੇ ਫਿਰ ਤੁਸੀਂ ਇਹਨਾਂ ਜ਼ਿਕਰ ਕਰੋਗੇ ਨਹੀਂ ਤੁਸੀਂ ਇਹਨਾਂ ਜ਼ਿਕਰ ਨਹੀਂ ਕਰ ਸਕਦੇ ਇੱਕ ਮੇਰੇ ਬੱਚੋ ਹੋਰ ਗੱਲ ਯਾਦ ਤਸਬੀਹ ਫਿਰਦੇ ਆ ਫਿਰਦੇ ਆ ਅੱਖਾਂ ਬੰਦ ਕਰਕੇ ਸੋਣਾ ਨਹੀਂ ਜੇ ਹਾਂ ਸੋਵੋਗੇ ਤੇ ਕੰਮ ਖਰਾਬ ਹੋ ਜਾਏਗਾ ਬੜਾ ਚੌਕਸ ਹੋ ਕੇ ਚੁਕੰਨਾ ਹੋ ਕੇ ਬੈ ਕੇ ਆਪਣੇ ਹਮ ਕੈਮਦਮ ਹੋ ਕੇ ਇਹ ਪੜਾਈ ਕਰਨੀ ਜੀ ਉਹ ਬੇਖੌਫ ਹੋ ਕੇ ਪੜਨੀ ਜਿਹੜੇ ਬੰਦੇ ਕਹਿੰਦੇ ਸਾਡੇ ਮੋੜੇ ਪਾਰੇ ਹੋ ਜਾਂਦੇ ਨੇ ਸਿਰ ਪਰ ਆਉਂਦਾ ਤੁਸੀਂ ਬੇਫਿਕਰ ਹੋ ਕੇ ਪੜੋ ਤੁਹਾਡੇ ਕੋਈ ਮੋੜੇ ਨਹੀਂ ਪਾਰੇਗੇ ਸਿਰਫ ਅੱਲਾ ਦਾ ਖੌਫ ਦਿਲ ਤੇ ਰੱਖੋ ਅੱਲਾ ਦਾ ਖੌਫ ਦਿਲ ਤੇ ਰੱਖੋਗੇ ਨਾ ਤੁਹਾਡੇ ਮੋੜੇ ਪਾਰੇ ਹੋਣਗੇ ਨਾ ਤੁਹਾਡੇ ਕੋ ਸਾਹਮਣੇ ਚੀਜ਼ ਆਏਗੀ ਇਨਸ਼ਾ ਅੱਲਾ ਤਾਲਾ ਦਾ ਚਾਰਡਾ ਕੰਮ ਹੋਏਗਾ ਆਪਣੇ ਮੁਰਸ਼ਿਾ ਤਸੱਬਰ ਰੱਖੋ ਮੁਰਸ਼ਿਦ ਆਪਣੇ ਤਸੱਬਰ ਰੱਖੋ ਤੇ ਕਬਰ ਨੂੰ ਯਾਦ ਕਰੋ ਤਾਂ ਮੈਂ ਦੱਸਾਂ ਤੁਸੀਂ ਸਮਝੋ ਵੀ ਮਰਨਾ ਹੈ ਜਦੋਂ ਮਰਨਾ ਤੁਸੀਂ ਸੋਚ ਲੋਗੇ ਫਿਰ ਤੁਸੀਂ ਉਸ ਤੋਂ ਬਾਅਦ ਤੁਸੀਂ ਕੁਤਾਈ ਨਹੀਂ ਕਰੋਗੇ ਬੱਚੋ ਲੋ ਬੱਚੋ ਹੁਣ ਤੁਹਾਨੂੰ ਮੈਂ ਦੱਸਦਾ ਐਤ ਕ੍ਰੀਮੇ ਨਾਲ ਇੱਕ ਰਾਤ ਤੁਸੀਂ ਕਿਵੇਂ ਕੰਮ ਲੈ ਲੈਣਾ ਔਰ ਇਨਸ਼ਾਅੱਲਾ ਬਜ਼ੁਰਗ ਇਸਨ ਲੰਦਰੇ ਨੇ ਇਹ ਬਜ਼ੁਰਗ ਨੇ ਦਿੰਦਾ ਤਰੀਕਾ ਕਰੇ ਕਿਉਂਕਿ ਸਿਆਂ ਇਹ ਗੁਨਾਗਰ ਸਾਨੂੰ ਬੜੀ ਸ਼ਕਤ ਕਰਨੀ ਪੈਣੀ ਫਿਰ ਸਾਡਾ ਕੰਮ ਹੁੰਦਾ ਲੋ ਬੱਚੋ ਇਹਨੂੰ ਤੁਸੀਂ ਪੜਨਾ ਐਤ ਕ੍ਰੀਮੇ ਨੂੰ ਇੱਕ ਰਾਤ ਆਪਣਾ ਕੰਮ ਵੀ ਲੋਗੇ ਖੁਸ਼ੀਆਂ ਵੀ ਦੇਖੋਗੇ ਔਰ ਬਾਬੇ ਆਬਦ ਨੂੰ ਫਿਰ ਤੁਸੀਂ ਇਨਸ਼ਾਅੱਲਾ ਸਲਾਮ ਵੀ ਕਰ ਲੋਗੇ ਤੇ ਫਿਰ ਲੋ ਬੱਚੋ ਹੁਣ ਤੁਹਾਨੂੰ ਇਸ ਵੀਡੀਓ ਨੂੰ ਸਬਸਕ੍ਰਾਈਬ ਵੀ ਕਰਨਾ ਜੀ ਲਾਈਕ ਵੀ ਕਰਨਾ ਔਰ ਸ਼ੇਅਰ ਵੀ ਕਰਨਾ ਜੀ ਲੋ ਬੱਚੋ ਫਿਰ ਅਸਲਾਮੁਅਲੈਕਮ ਜੀ